Subscribe the channel and press the bell notification icon. ਯੂਨਾਈਟਿਡ ਅਰਬ ਐਮੀਰੇਟਸ ਦੇ ਆਬੂ ਧਾਬੀ ਵਿੱਚ ਇੱਕ ਭਾਰਤੀ ਦੀ ਚੈਰਿਟੀ ਸੰਸਥਾ ਨੇ ਰਮਜ਼ਾਨ ਦੇ ਮਹੀਨੇ ਵਿੱਚ ਸਭ ਤੋਂ ਲੰਮਾ ਇਫਤਾਰ ਕਰਵਾਉਣ ਲਈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਪੀਸੀਟੀ ਹਿਊਮੈਨਿਟੀ ਦੇ ਸੰਸਥਾਪਕ ਜੋਗਿੰਦਰ ਸਿੰਘ ਸਲਾਰੀਆ ਨੇ ਦੱਸਿਆ ਕਿ ਉਹਨਾਂ ਦੀ ਕੰਪਨੀ ਪਹਿਲ ਇੰਟਰਨੈਸ਼ਨਲ ਦੀ ਇਮਾਰਤ ਵਿੱਚ ਰੋਜ਼ਾਨਾ ਸ਼ਾਕਾਹਾਰੀ ਇਫਤਾਰ ਰੱਖਿਆ ਜਾਂਦਾ ਹੈ। ਚੈਰਿਟੀ ਸੰਸਥਾ ਨੇ ਸ਼ਨਿਚਰਵਾਰ ਨੂੰ ਆਬੂ ਧਾਬੀ ਵਿੱਚ ਲੌਂਗੈਸਟ ਲਾਈਨ ਆਫ ਹੰਗਰ ਰਿਲੀਫ ਪੈਕੇਜ ਲਈ ਨਵਾਂ ਗਿਨੀਜ਼ ਵਿਸ਼ਵ ਰਿਕਾਰਡ ਬਣਾਇਆ ਹੈ। ਸਲਾਰੀਆ ਨੇ ਕਿਹਾ ਕਿ ਰਿਕਾਰਡ ਦੇ ਇਲਾਵਾ ਉਹਨਾਂ ਦਾ ਮੁੱਖ ਟੀਚਾ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਸ਼ੁੱਧ ਸ਼ਾਕਾਹਾਰੀ ਭੋਜਨ ਦੇਣਾ ਤੇ ਪਸ਼ੂਆਂ ਨੂੰ ਬਚਾਉਣਾ ਹੈ। ਬਿਊਰੋ ਰਿਪੋਰਟ, ਸਟਾਰ ਕੈਨੇਡਾ ਟੀਵੀ।